ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ ਦੌਰਾਨ ਸੈਂਟਰ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਜਸਟਿਸ ਸਾਰੋਂ ਸਾਹਿਬ ਦੀ ਬਤੌਰ ਮੁੱਖ ਅਫਸਰ ਉਹ ਜਿਹੜੀ ਡਿਊਟੀ ਲੱਗੀ ਸੀ, ਸੋ ਉਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਕਰਕੇ ਕਿ 21 ਅਕਤੂਬਰ ਤੋਂ ਜਿਹੜੀਆਂ ਆ ਸਿੱਖ ਜਿਹੜੇ ਵੋਟਰ ਦੇ ਆ ਉਹ ਆਪਣੀਆਂ ਵੋਟਾਂ ਬਣਾ ਲੈਣ। ਪਹਿਲਾਂ ਜਿਹੜਾ ਇਹਦਾ ਪਰਫੋਰਮਾ ਸੀਗਾ ਉਹ ਪਰਫੋਰਮਾ ਵੀ ਸਿੱਖ ਗੁਰਦੁਆਰਾ ਐਕਟ ਦੇ ਅਨੁਕੂਲ ਹੀ ਬਣਾਇਆ ਗਿਆ ਸੀ ਅਤੇ ਅੱਜ ਤੱਕ ਉਸੇ ਹੀ ਤਰਜ਼ ਦੇ ਉੱਤੇ ਜਿਹੜੀਆਂ ਇਹ ਫਾਰਮ ਜਿਹੜੇ ਫਿਲਅਪ ਕਰਕੇ ਲੋਕ ਆਪਦੀਆਂ ਵੋਟਾਂ ਬਣਾਉਂਦੇ ਸੀ। ਹੁਣ ਉਹਦੇ ਵਿੱਚ ਇੱਕ ਤਰਮੀਮ ਕਰ ਦਿੱਤੀ ਗਈ, ਉਹਦੀ ਮੁੱਢਲੀ ਮੰਗ ਹੈਗਾ ਜਿਹੜੀ ਆਪਣੇ ਪਹਿਲੀ ਉਹਦੀ ਕੰਡੀਸ਼ਨ ਆ ਕੇਸਾਧਾਰੀ ਸਿੱਖ ਹਾਂ, ਅਤੇ ਜਿਹਲੇ ਕੋ ਮਨੁੱਖ ਕੇਸਾਧਾਰੀ ਸਿੱਖ ਹਾਂ ਸਿੱਖ ਦੀ ਪਰਿਭਾਸ਼ਾ ਉਹਦੇ ਵਿੱਚ ਫੋਲ ਕਰ ਜਾਂਦੀ ਆ। ਪਰ ਚਲੋ ਇਹਨਾਂ ਨੇ ਫਿਰ ਉਹਦੇ ਵਿੱਚ ਇੱਕ ਹੋਰ ਥੱਲੇ ਮੱਧ ਪਾਤੀ ਜਿਹਨੂੰ ਆਪਾਂ ਸੈਲਫ ਡੈਕਲਰੇਸ਼ਨ ਸਵੈ ਘੋਸ਼ਣਾ ਕਹਿੰਦੇ ਹਾਂ ਕਿ ਮੈਂ 10 ਗੁਰੂ ਸਾਹਿਬਾਨ ਨੂੰ ਨਿਸ਼ਚਾ ਰੱਖ ਕੇ ਗੁਰੂ ਸਾਹਿਬਾਨ ਦੇ ਇਲਾਵਾ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਕੇਵਲ ਤਾਂ ਕੇਵਲ ਮੈਂ 10 ਗੁਰੂ ਸਾਹਿਬਾਨ ਨੂੰ ਸਮਰਪਿਤ ਹਾਂ। ਉਸ ਤੋਂ ਬਾਅਦ ਫਿਰ ਕੱਲ੍ਹ ਇੱਕ ਨਵੀਂ ਹੋਰ ਕੰਡੀਸ਼ਨ ਲਾਈ ਗਈ ਜਿਹੜੀ ਮੈਨੂੰ ਪਤਾ ਲੱਗੀ, ਉਹ ਸੀ ਵੀ ਜਿਹੜਾ ਵੋਟਰ ਆ ਉਹ ਆਪਣੀ ਫੋਟੋ ਵੀ ਨਾਲ ਲਾਵੇ, ਪਲੱਸ ਨਾਲ ਆਪਣਾ ਆਧਾਰ ਕਾਰਡ ਜਾਂ ਜਿਹੜੇ ਫਾਰਮਾਂ ਦੇ ਵਿੱਚ ਦਿੱਤਾ ਹੈ ਉਹਦਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਆਈ ਕਾਰਡ ਬਣਿਆ ਉਹ ਨਾਲ ਲਾਵੇ। ਸੋ ਇਹ ਦੋ ਮੰਗਾਂ ਜਿਹੜੀਆਂ, ਦੋ ਗੱਲਾਂ ਹੋਰ ਨਵੀਆਂ ਐਡ ਕੀਤੀਆਂ ਗਈਆਂ। ਮੈਂ ਸਮੁੱਚੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਨੀ ਚਾਹੁੰਦਾ ਕਿ 21 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਦਿਨ ਸਾਰੇ 25 ਆ, ਅਤੇ ਕਈ ਵਾਰੀ ਤੁਹਾਨੂੰ ਫਾਰਮ ਭਰਨ ਲੱਗੇ ਫੋਟੋ ਦੀ ਵੀ ਆਪਣੇ ਉਹ ਵੀ ਇੱਕ ਤਕਲੀਫ ਮੋਹਰੇ ਪ੍ਰੋਬਲਮ ਆਉਣੀ ਆ। ਫਿਰ ਕਈ ਵਾਰੀ ਆਧਾਰ ਕਾਰਡ ਦੇਣ ਲੱਗਾ ਬੰਦਾ ਫੋਟੋ ਉਹ 100 ਵਾਰੀ ਸੋਚਦਾ, ਪਰ ਤੁਸੀਂ ਵੱਧ ਤੋਂ ਵੱਧ ਯਤਨ ਕਰਕੇ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਜਿਹੜਾ ਉਸ ਕ੍ਰਟੀਰੀਆ 'ਚ ਫੋਲ ਕਰਦਾ ਆ ਉਹ ਵੋਟਾਂ ਜ਼ਰੂਰ ਬਣਾਓ ਵੱਧ ਤੋਂ ਵੱਧ, ਤਾਂ ਕਿ ਜਦੋਂ ਵੀ ਇਲੈਕਸ਼ਨ ਡਿਕਲੇਅਰ ਹੁੰਦੀ ਆ, ਜਦੋਂ ਉਹ ਤਾਂ ਫਿਰ ਬਾਅਦ ਦੀ ਗੱਲ ਆ, ਪਰ ਵੋਟ ਦੀ ਰਜਿਸਟਰੇਸ਼ਨ ਤੋਂ ਕੋਈ ਵੀ ਵੋਟਰ ਜਿਹੜਾ ਉਹ ਲਾਂਭੇ ਨਾ ਰਹਿ ਜਾਏ। ਅਤੇ ਮੈਂ ਅੱਜ ਯਤਨ ਵੀ ਕਰਨਾ ਕਿਉਂਕਿ ਅੱਜ ਸਨਿਚਰਵਾਰ ਕਰਕੇ ਛੁੱਟੀ ਵੀ ਆ, ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਵੀ ਮਿਲਣ ਦਾ ਯਤਨ ਕਰਾਂਗੇ ਕਿ ਉਹਦੀ ID ਕੋਈ ਹੋਰ ਵੀ ਨਾ ਰੱਖ ਦਿੱਤੀ ਜਾਵੇ। ਆਧਾਰ ਕਾਰਡ ਦੇਣ ਲੱਗੇ ਕਈ ਵਾਰੀ ਲੋਕ ਜਿਹੜੇ ਆ ਉਹ ਹਿਚਕਚਾਟ ਮਹਿਸੂਸ ਕਰਦੇ ਆ, ਪਰ ਚਲੋ ਕੋਈ ਨਹੀਂ, ਗੁਰੂ ਸਾਹਿਬ ਕਿਰਪਾ ਕਰਨ, ਇਹ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲੰਬੇ ਅਰਸੇ ਤੋਂ ਸਾਰੇ ਕਹਿ ਰਹੇ ਸੀ ਵੀ ਇਲੈਕਸ਼ਨ ਹੋਣੀ ਚਾਹੀਦੀ ਆ, ਜਿਉਂ ਆਖਦਾ ਅਤੇ ਨਾਲ ਇਹ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੋਟਾਂ ਬਣਾਉਣ ਦੇ ਮਸਲੇ ਦੇ ਵਿੱਚ ਜਿਹੜੇ ਸਮੁੱਚਾ ਸਾਡਾ ਹਾਊਸ ਆ ਉਹ ਮੈਂਬਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਤੌਰ 'ਤੇ ਸਮੂਹ ਵਰਕਰ ਸਾਹਿਬਾਨ, ਸੀਨੀਅਰ ਸਾਡੇ ਆਗੂ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਇਹਦੇ ਵਿੱਚ ਜੰਗੀ ਪੱਧਰ ਦੇ ਉੱਤੇ ਕੁੱਦ ਕੇ ਵੱਧ ਤੋਂ ਵੱਧ ਵੋਟਾਂ ਬਣਾਉਣ ਤਾਂ ਕਿ ਜਿਹੜੀ ਇਲੈਕਸ਼ਨ ਹੋਵੇ ਉਹ ਫੇਅਰ ਹੋ ਸਕੇ। ਸੋ ਸਾਰੇ ਸਮੁੱਚੇ ਤੌਰ 'ਤੇ ਸਮੁੱਚੇ ਸਿੱਖ ਭਾਈਚਾਰੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਫਿਰ ਬੇਨਤੀ ਕਰਦਾ ਕਿ ਵੋਟਾਂ ਦੀ ਰਜਿਸਟਰੇਸ਼ਨ ਤੋਂ ਦਿਨ 25 ਆ ਸਾਰੇ, ਅਤੇ ਆ ਸਰਕਾਰ ਦੇ ਕਈ ਵਾਰੀ ਜਿਹੜੇ ਅਸੈਂਬਲੀ ਦੀਆਂ ਇਲੈਕਸ਼ਨਾਂ ਹੁੰਦੀਆਂ ਉਹਦੇ ਸਧਾਈ ਹੋਣੀ ਹੁੰਦੀ ਆ ਅਤੇ 3-3 ਮਹੀਨੇ ਲੱਗ ਜਾਂਦੇ ਆ, ਪਰ ਇਹ ਤਾਂ ਹੁਣ 25 ਦਿਨ ਆ, ਪਰ 25 ਦਿਨਾਂ ਵਿੱਚ ਕੋਈ ਨਹੀਂ, ਆਪਾਂ ਇਹ 25 ਦਿਨਾਂ ਦੇ ਵਿੱਚ
ਸਾਰਿਆਂ ਨੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹ ਬਣਾਉਣੀਆਂ ਤਾਂ ਕਿ ਸਮੇਂ ਸਿਰ ਜਿਹੜੀ ਉਹ ਇਲੈਕਸ਼ਨ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।